ਐਸਐਮਓ ਮੈਡਮ ਨੂੰ ਮਿਲਿਆ, ਮੈਂ ਇਹਨਾਂ ਨੂੰ ਕਿਹਾ ਤਮਾਮ ਡਾਕਟਰਸ ਨੂੰ ਮਿਲਿਆ, ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਂਗ ਏ ਮੈਂਬਰ ਆਫ ਪਾਰਲੀਮੈਂਟ, ਮੈਂ ਇਹਨਾਂ 'ਤੇ ਦੋਸ਼ ਨਹੀਂ ਲਾਉਂਦਾ। ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ, ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ, ਔਰ ਮੇਰੇ ਦਾਇਰੇ 'ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ। ਮੈਂ ਕੋਈ ਹੋਰ ਚੀਜ਼ ਵਸਤੂ ਲੈ ਕੇ ਆਉਣੀ ਹੈ, ਮੈਂ ਹੋਸਪਿਟਲ ਨੂੰ ਫੰਡ ਦੇ ਸਕਦਾ, ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇਓਰਿਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ, ਜਿਹੜਾ ਹੈਲਥ ਸਿਸਟਮ ਹੈ, ਇਹਨੂੰ ਅਸੀਂ ਸੁਧਾਰੀਏ। ਅਰਬਨ ਸੈਂਟਰ ਜਿਹੜੇ ਨੇ ਕੰਪਲੀਟ ਪਏ ਨੇ, ਜੇ ਉਹਨੂੰ ਚਲਾਇਆ ਜਾਵੇ ਤਾਂ ਸਭ ਬੜਾ ਕੁਝ ਕੰਪਲੀਟ ਪੜਿਆ। ਪਹਿਲੀ ਸਰਕਾਰ ਦੇਖੀ ਹੈ ਕਿ ਜਿਸ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈ। ਮੇਰਾ ਖਿਆਲ ਕਿ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਅਸੀਂ ਸਰਕਾਰਾਂ ਗੱਲਾਂ ਕਰ ਰਹੀਆਂ, ਔਰ ਖਾਸ ਕਰਕੇ ਆਮ ਆਦਮੀ ਪਾਰਟੀ, ਇੱਕ ਹੈਲਥ ਐਂਡ ਐਜੂਕੇਸ਼ਨ ਅਤੇ ਬੇਸਿਕ ਇਨਫਰਾਸਟ੍ਰਕਚਰ, ਲੋਕਾਂ ਨੂੰ ਸੜਕ, ਪਾਣੀ, ਸੀਵਰੇਜ, ਇਹ ਅਗਰ ਤਿੰਨ ਚੀਜ਼ਾਂ ਸਰਕਾਰ ਕਰ ਲਏ ਤਾਂ ਮੇਰਾ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ, ਵੱਡੀਆਂ ਵੱਡੀਆਂ ਗੱਲਾਂ ਦੀ ਬਜਾਏ। ਐਂਡ ਕਿੱਕਲੀਆਂ ਸੁਣਾਉਣੀਆਂ, ਐਡਵਰਟਾਈਜ਼ਮੈਂਟ ਐਂਡ ਆਲ ਦੈਟ, ਇਹੀ ਪੈਸਾ ਲਾ ਦਿੱਤਾ ਜਾਵੇ, 1,000 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦਾ ਹੈਗਾ, ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ ਹੋਸਪਿਟਲਸ ਹੈਗੇ ਨੇ, ਉਹਨਾਂ ਦੇ 5-5 ਕਰੋੜ ਰੁਪਇਆ ਲਾ ਦਿਓ ਯਾਰ, ਅਤੇ ਉਹਨਾਂ ਦੀ ਦਸ਼ਾ ਔਰ ਦਿਸ਼ਾ ਸੁਧਰ ਜਾਏਗੀ ਵਿਦ ਇਨ 5 CR। ਹੰਡਰਡ ਪਰਸੈਂਟ, ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ, ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ 'ਤੇ। ਨਾ ਕੇਵਲ ਪੁਲਿਸ, ਹਰ ਡਿਪਾਰਟਮੈਂਟ ਦੇ ਵਿੱਚ ਪ੍ਰੀ ਮੈਚੋਰ ਰਿਟਾਇਰਮੈਂਟਸ ਲੈ ਰਹੇ ਨੇ। ਤੁਸੀਂ ਦੇਖਿਆ ਤਾਂ ਸੀ, ਇੱਥੇ ਆਇਆ ਸੀ ਇੱਕ ਮਿਨਿਸਟਰ, ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿਤਾ ਕਿ ਲੇਟ। ਉਹ ਆਪਦੇ ਆਪ 'ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ 'ਤੇ ਲਟਾਤਾ। ਉਹ ਭਲਿਆ ਮਾਨਸਾ, ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ, ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ, ਔਰ ਮੈਨੂੰ ਲੱਗਦਾ ਕਿ ਮਨ ਦੇ ਵਿੱਚ ਦਇਆ ਭਾਵਨਾ ਸੀ, ਉਹ ਹੁਣ ਆਪਦਾ ਕੰਮ ਕਰਨ ਲੱਗ ਪਏ। ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ, ਸਰਕਾਰਾਂ ਚਲਾ ਰਹੇ ਨੇ। ਸੋ ਮੈਨੂੰ ਬੜੀ ਇਸ ਗੱਲ 'ਤੇ ਸ਼ਰਮ ਆਈ, ਔਰ ਅਸੀਂ ਕੋਸ਼ਿਸ਼ ਕਰਾਂਗੇ। ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ, ਲੇਕਿਨ ਕੁਝ ਮਜਬੂਰੀਆਂ ਇਹਨਾਂ ਦੇ ਹੱਥ ਬੰਨੇ, ਜਿਹੜੇ ਕੰਮ ਨਹੀਂ ਕਿੱਦਾਂ ਸਰਕਾਰ ਤੋਂ ਬਿਨਾਂ ਨਹੀਂ ਕਰ ਸਕਦੇ। ਮੈਂ ਮੈਡਮ ਐਸਐਮਓ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪ ਇਨ ਟੱਚ ਵਿਦ ਮੀ, ਮੇਰੇ ਨਾਲ ਗੱਲਬਾਤ ਕਰਦੇ ਰਹੋ। ਮੈਂ ਸਰਕਾਰ ਦੇ ਲੈਵਲ 'ਤੇ ਅਤੇ ਆਪਣੇ ਲੈਵਲ 'ਤੇ ਜੋ ਹੋਸਪਿਟਲ ਨੂੰ ਦੇ ਸਕਦਾ, ਇਹ ਮੇਰੀ ਪ੍ਰਾਇਓਰਿਟੀ ਹੋਊਗੀ। ਆਉਣ ਐਸਐਮਓ ਮੈਡਮ ਨੂੰ ਮਿਲਿਆ, ਮੈਂ ਇਹਨਾਂ ਨੂੰ ਕਿਹਾ ਤਮਾਮ ਡਾਕਟਰਸ ਨੂੰ ਮਿਲਿਆ, ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਂਗ ਏ ਮੈਂਬਰ ਆਫ ਪਾਰਲੀਮੈਂਟ, ਮੈਂ ਇਹਨਾਂ 'ਤੇ ਦੋਸ਼ ਨਹੀਂ ਲਾਉਂਦਾ। ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ, ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ, ਔਰ ਮੇਰੇ ਦਾਇਰੇ 'ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ। ਮੈਂ ਕੋਈ ਹੋਰ ਚੀਜ਼ ਵਸਤੂ ਲੈ ਕੇ ਆਉਣੀ ਹੈ, ਮੈਂ ਹੋਸਪਿਟਲ ਨੂੰ ਫੰਡ ਦੇ ਸਕਦਾ, ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇਓਰਿਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ, ਜਿਹੜਾ ਹੈਲਥ ਸਿਸਟਮ ਹੈ, ਇਹਨੂੰ ਅਸੀਂ ਸੁਧਾਰੀਏ। ਅਰਬਨ ਸੈਂਟਰ ਜਿਹੜੇ ਨੇ ਕੰਪਲੀਟ ਪਏ ਨੇ, ਜੇ ਉਹਨੂੰ ਚਲਾਇਆ ਜਾਵੇ ਤਾਂ ਸਭ ਬੜਾ ਕੁਝ ਕੰਪਲੀਟ ਪੜਿਆ। ਪਹਿਲੀ ਸਰਕਾਰ ਦੇਖੀ ਹੈ ਕਿ ਜਿਸ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈ। ਮੇਰਾ ਖਿਆਲ ਕਿ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਅਸੀਂ ਸਰਕਾਰਾਂ ਗੱਲਾਂ ਕਰ ਰਹੀਆਂ, ਔਰ ਖਾਸ ਕਰਕੇ ਆਮ ਆਦਮੀ ਪਾਰਟੀ, ਇੱਕ ਹੈਲਥ ਐਂਡ ਐਜੂਕੇਸ਼ਨ ਅਤੇ ਬੇਸਿਕ ਇਨਫਰਾਸਟ੍ਰਕਚਰ, ਲੋਕਾਂ ਨੂੰ ਸੜਕ, ਪਾਣੀ, ਸੀਵਰੇਜ, ਇਹ ਅਗਰ ਤਿੰਨ ਚੀਜ਼ਾਂ ਸਰਕਾਰ ਕਰ ਲਏ ਤਾਂ ਮੇਰਾ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ, ਵੱਡੀਆਂ ਵੱਡੀਆਂ ਗੱਲਾਂ ਦੀ ਬਜਾਏ। ਐਂਡ ਕਿੱਕਲੀਆਂ ਸੁਣਾਉਣੀਆਂ, ਐਡਵਰਟਾਈਜ਼ਮੈਂਟ ਐਂਡ ਆਲ ਦੈਟ, ਇਹੀ ਪੈਸਾ ਲਾ ਦਿੱਤਾ ਜਾਵੇ, 1,000 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦਾ ਹੈਗਾ, ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ ਹੋਸਪਿਟਲਸ ਹੈਗੇ ਨੇ, ਉਹਨਾਂ ਦੇ 5-5 ਕਰੋੜ ਰੁਪਇਆ ਲਾ ਦਿਓ ਯਾਰ, ਅਤੇ ਉਹਨਾਂ ਦੀ ਦਸ਼ਾ ਔਰ ਦਿਸ਼ਾ ਸੁਧਰ ਜਾਏਗੀ ਵਿਦ ਇਨ 5 CR।
100% ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ, ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ 'ਤੇ। ਨਾ ਕੇਵਲ ਪੁਲਿਸ, ਹਰ ਡਿਪਾਰਟਮੈਂਟ ਦੇ ਵਿੱਚ ਪੀ ਮਚਿਓਰ ਰਿਟਾਇਰਮੈਂਟਸ ਲੈ ਰਹੇ ਨੇ। ਤੁਸੀਂ ਦੇਖਿਆ ਤਾਂ ਸੀ, ਇੱਥੇ ਆਇਆ ਸੀ ਇੱਕ ਮਨਿਸਟਰ, ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿ ਤਾ ਕਿ ਲੇਟ। ਉਹ ਆਪਦੇ ਆਪ 'ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ 'ਤੇ ਲਟਾਤਾ। ਉਹ ਭਲਿਆ ਮਾਨਸਾ, ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ। ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ, ਔਰ ਮੈਨੂੰ ਲੱਗਦਾ ਕਿ ਮਨ ਦੇ ਵਿੱਚ ਦਇਆ ਭਾਵਨਾ ਸੀ, ਉਹ ਹੁਣ ਆਪਦਾ ਕੰਮ ਕਰਨ ਲੱਗ ਪਏ। ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ, ਸਰਕਾਰਾਂ ਚਲਾ ਰਹੇ ਨੇ। ਸੋ ਮੈਨੂੰ ਬੜੀ ਇਸ ਗੱਲ 'ਤੇ ਸ਼ਰਮ ਆਈ, ਔਰ ਅਸੀਂ ਕੋਸ਼ਿਸ਼ ਕਰਾਂਗੇ। ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ, ਲੇਕਿਨ ਕੁਝ ਮਜਬੂਰੀਆਂ ਇਹਨਾਂ ਦੇ ਹੱਥ ਬੰਨੇ ਆ ਜਿਹੜੇ ਕੰਮ ਨਹੀਂ, ਕਿੱਦਾਂ ਸਰਕਾਰ ਤੋਂ ਬਿਨਾਂ ਨਹੀਂ ਕਰ ਸਕਦੇ। ਮੈਂ ਮੈਡਮ ਐਸਐਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪ ਇਨ ਟੱਚ ਵਿਦ ਮੀ, ਮੇਰੇ ਨਾਲ ਗੱਲਬਾਤ ਕਰਦੇ ਰਹੋ। ਮੈਂ ਸਰਕਾਰ ਦੇ ਲੈਵਲ 'ਤੇ ਅਤੇ ਆਪਣੇ ਲੈਵਲ 'ਤੇ ਜੋ ਹੋਸਪਿਟਲ ਨੂੰ ਦੇ ਸਕਦਾ, ਇਹ ਮੇਰੀ ਪ੍ਰਾਇਓਰਿਟੀ ਹੋਊਗੀ। ਆਉਣ ਵਾਲੇ ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।